हां जी 10th क्लास स्वागत है बेटे ਤੁਹਾਡਾ lets learn with easy tricks channel ਤੇ ਅੱਜ ਬੇਟੇ ਆਪਾਂ ਫਰਸਟ 100 ਡੇਜ਼ ਇਨ ਸਕੂਲ ਵਿਦ ਮੈਥਮੈਟਿਕਸ ਦੀ ਸ਼ੀਟ ਨੰਬਰ 12 ਸੋਲਵ ਕਰ ਰਹੇ ਹਾਂ ਆਈ ਹੋਪ ਤੁਸੀਂ ਪਹਿਲਾਂ ਵਾਲੀਆਂ ਸਾਰੀਆਂ ਸ਼ੀਟਸ ਨੂੰ ਧਿਆਨ ਨਾਲ ਵੇਖਿਆ ਹੋਵੇਗਾ ਵੀਡੀਓਜ਼ ਨੂੰ ਤੇ ਸਮਝੀਆਂ ਹੋਵੇਗਾ ਠੀਕ ਹੈ ਨੋਟਬੁక్స్ ਬੇਟਾ ਨਾਲ ਦੀ ਨਾਲ ਪੂਰੀਆਂ ਕਰੀ ਚੱਲਿਓ ਕੁਝ ਨਾ ਸਮਝ ਆਵੇ ਤਾਂ ਵੀਡੀਓ ਦੁਬਾਰਾ ਦੇਖ ਲਿਆ ਕਰੋ ਠੀਕ ਹੈ ਬੇਟਾ ਜੀ ਤਾਂ ਆਪਾਂ ਹੁਣ ਸ਼ੁਰੂ ਕਰਦੇ ਹਾਂ ਡੇ 43 ਦਾ ਕੰਮ ਹੁਣ ਇਹਦੇ ਵਿੱਚ ਕੀ ਹੈ ਬੇਟਾ ਕਿ ਚੈੱਕ ਤਾਂ ਪਹਿਲਾਂ ਆਪਾਂ ਉਦਾਂ ਹੀ ਕਰਨਾ ਹੈ ਕਿ ਕਿਸ ਤਰ੍ਹਾਂ ਦਾ ਹੱਲ ਹੈਗਾ ਠੀਕ ਹੈ ਤਾਂ ਫਿਰ ਉਸ ਤੋਂ ਬਾਅਦ ਉਹਨੂੰ ਸੋਲਵ ਵੀ ਕਰਨਾ ਹੈ ਮਤਲਬ ਜਿਸ ਤਰ੍ਹਾਂ ਦਾ ਵੀ ਉਦਾਂ ਹੱਲ ਹੋਊਗਾ ਉਹਨੂੰ ਆਪਾਂ ਕੋਈ ਨਾ ਕੋਈ ਮੈਥਡ ਲਗਾ ਕੇ ਸੋਲਵ ਵੀ ਕਰਨਾ ਹੈ ਚਲੋ ਫਸਟ ਨੂੰ ਚੈੱਕ ਕਰੀਏ ਕਿਸ ਤਰ੍ਹਾਂ ਦਾ ਆਨਸਰ ਹੈ 2/1 ਮਤਲਬ ਆ ਜਦੋਂ a1/a2 ਕੀਤਾ b1/b2 ਤੇ c1/c2 ਦੇਖੋ ਕੋਈ ਵੀ ਜਿਹੜਾ ਅਨੁਪਾਤ ਹੈ ਇੱਕ ਦੂਸਰੇ ਦੇ ਬਰਾਬਰ ਨਹੀਂ ਆ ਰਿਹਾ ਤਾਂ ਇੱਥੇ ਤੁਸੀਂ ਕੀ ਲਿਖੋਗੇ ਕਿ ਇਸ ਸਮੀਕਰਨ ਪ੍ਰਣਾਲੀ ਦਾ ਇੱਕ ਵਿਲੱਖਣ ਹੱਲ ਹੈ ਇੰਗਲਿਸ਼ ਦੇ ਵਿੱਚ ਕੀ ਲਿਖੋਗੇ ਇਸ ਦਾ ਇੱਕ ਯੂਨੀਕ ਸੋਲੂਸ਼ਨ ਹੈ ਤਾਂ ਜੇ ਯੂਨੀਕ ਸੋਲੂਸ਼ਨ ਹੈ ਇੱਕ ਆਨਸਰ ਇਹਦਾ ਨਿਕਲਦਾ ਹੈ ਤਾਂ ਆਪਾਂ ਇਹਨੂੰ ਫਾਈਂਡ ਕਰ ਸਕਦੇ ਹਾਂ ਠੀਕ ਹੈ ਤਾਂ ਆਪਾਂ ਕਿਹੜੀ ਸ਼ੀਟ ਦੇ ਵਿੱਚ ਇਹਨੂੰ ਫਾਈਂਡ ਕਰਨ ਦਾ ਤਰੀਕਾ ਸਿੱਖਿਆ ਸੀ ਹਾਂ ਨਾ 10th ਤਾਂ ਉਸ ਸ਼ੀਟ ਦੇ ਵਿੱਚ ਦੁਬਾਰਾ ਜਾ ਕੇ ਵੀਡੀਓ ਉਹ ਤਰੀਕਾ ਵੀ ਦੁਬਾਰਾ ਦੇਖੀਓ ਤਾਂ ਹੁਣ ਆਪਾਂ ਇੱਥੇ ਇਹਨੂੰ ਸੋਲਵ ਕਰਨ ਲੱਗਦੇ ਆਂ ਹਾਂਜੀ ਕੀ ਸਿੱਖਿਆ ਸੀ ਫਸਟ ਇਕੁਏਸ਼ਨ ਨੂੰ ਜਿਹੜੀ ਫਸਟ ਇਕੁਏਸ਼ਨ ਹੈ ਬੇਟੇ +3y 11 ਲਿਖ ਲਮ ਆਪਾਂ ਲਮ ਆ ਮੈਂ ਫਿਰ ਦੱਸਦੇ ਆਂ ਇਹਨੂੰ 1 ਨੰਬਰ ਦਿਓ ਇਹਨੂੰ 2 ਨੰਬਰ ਦਿਓ ਫਰਸਟ ਨੂੰ ਆਪਾਂ ਇਸ ਦੇ ਗੁਣਾਕ ਨਾਲ ਗੁਣਾ ਕੀਤਾ ਸੀ 1 ਦੇ ਨਾਲ ਤੇ ਸੈਕਿੰਡ ਨੂੰ ਫਰਸਟ ਵਾਲੀ ਦੇ ਗੁਣਾਕ ਦੇ ਨਾਲ ਹਾਂਜੀ ਇੱਥੇ 2 ਦੇ ਨਾਲ ਚਲੋ ਗੁਣਾ ਕਰਕੇ ਲਿਖੋ ਕਿੰਨਾ ਆਨਸਰ ਆਏਗਾ ਪਹਿਲੀ ਨੂੰ ਤਾਂ ਆਪਾਂ 1 ਨਾਲ ਹੀ ਗੁਣਾ ਕੀਤੀ ਹੈ ਇਟ ਮੀਨਸ ਉਹ ਸੇਮ ਦੀ ਸੇਮ ਲਿਖੀ ਗਈ ਸੈਕਿੰਡ ਵਾਲੀ ਨੂੰ ਆਪਾਂ 2 ਨਾਲ ਮਲਟੀਪਲਾਈ ਕਰਨਾ ਹੈ ਸਾਰੇ ਦੇ ਸਾਰੇ ਡਿਜੀਟ 2 ਨਾਲ ਮਲਟੀਪਲਾਈ ਕਰਦੇ ਹੁਣ ਆਪਾਂ ਇਹਨਾਂ ਨੂੰ ਕਟਾਵਾਂਗੇ ਜਿਹੜੇ ਆਪਾਂ ਡਿਜੀਟ ਬਰਾਬਰ ਕਰ ਲਏ हाँ याद आ गया ना एलिमिनेशन मैथड है बेटे इतने माइनस हो गया इतने प्लस हो गया इतने भी प्लस हो गया क्योंकि आ वाला साइन आप चेंज करता टू एक्स ना टू एक्स कैंसल हो गया थ्री तो फोर जड़े नेड होके हो बन गए सैवन वाई ट्वेंटी फोर तो इलेवन ए भी प्लस प्लस हो रहे हैं तो है थर्टी फाइव तो वाई का आंसर किएगा थर्टी फाइव ओवर सैवन कट के आ जाएगा वाई इक्वल टू फाइव ਅਗਲਾ ਸਟੈਪ ਕੀ ਸੀ ਕਿ ਜੋ ਤੁਹਾਡਾ y ਦਾ ਮੁੱਲ ਆਉਂਦਾ ਹੈ ਉਹਨੂੰ ਕਿਸੇ ਸਮੀਕਰਨ ਦੇ ਵਿੱਚ ਭਰ ਦੋ ਤਾਂ ਆਪਾਂ ਇੱਕ ਵਿੱਚ ਭਰ ਰਹੇ ਹਾਂ ਇਹਦਾ ਮੁੱਲ ਤੁਸੀਂ ਇੰਗਲਿਸ਼ ਚ ਕੀ ਲਿਖੋਗੇ ਪੁੱਟ y ਇਕੁਅਲ ਟੂ 5 ਇਨ ਇਕੁਏਸ਼ਨ 1 ਤਾਂ ਹੁਣ ਆਪਾਂ ਭਰ ਇੱਥੇ ਰਹੇ ਹਾਂ ਕਿਉਂਕਿ ਆਪਣੇ ਕੋਲੇ ਸ਼ੀਟ ਦੀ ਥੋੜੀ ਕਮੀ ਹੈ ਸਕਰੀਨ ਦੀ ਠੀਕ ਹੈ ਤਾਂ ਫਸਟ ਦੇ ਵਿੱਚ ਮੈਂ ਭਰ ਰਹੀ ਹਾਂ ਬੇਟੇ y ਦਾ ਮੁੱਲ ਤਾਂ y ਮੈਂਨੇ ਭਰਤਾ 5 ਹਾਂਜੀ 53 15 53 15 ਇਹ 11 4 15 ਆਪਾਂ ਮਾਈਨਸ ਕਰਨੇ ਨੇ ਤਾਂ ਇਥੋਂ 2x ਇਕੁਅਲ ਟੂ ਆਜੂਗਾ ਮਾਈਨਸ ਦਾ 4 ਤਾਂ x ਆਜੂਗਾ ਮਾਈਨਸ ਦਾ 2 ਤਾਂ ਥੋੜੀ ਜੀ ਸਕਰੀਨ ਦੀ ਪ੍ਰੋਬਲਮ ਰਹਿ ਗਈ ਸਮ ਸੀਗਾ ਵੱਡਾ ਸਕਰੀਨ ਹੈਗੀ ਸੀ ਛੋਟੀ ਤਾਂ ਮੈਨੂੰ ਆਸ ਹੈ ਵੀ ਤੁਸੀਂ ਇੰਨੇ ਤਾਂ ਇੰਟੈਲੀਜੈਂਟ ਹੈਗੇ ਹੋ ਹਨਾ ਮੈਨੇਜ ਕਰ ਲਓਗੇ ਇਹਨੂੰ ਤਾਂ ਤਾਂ ਪਹਿਲਾਂ ਤੁਸੀਂ ਵਾਈ ਦਾ ਆਨਸਰ ਕੱਢਣਾ ਹੈ ਫਿਰ ਇਸ ਲਾਈਨ ਤੋਂ ਥੱਲੇ ਹੀ ਆ ਸਾਰਾ ਹਿੱਸਾ ਸੋਲਵ ਕਰਨਾ ਪੁੱਟ ਕਰਨ ਵਾਲਾ ਠੀਕ ਹੈ ਤਾਂ ਇਹਦਾ ਆਨਸਰ ਕੀ ਆ ਗਿਆ ਆਪਣੇ ਕੋਲੇ ਐਂਡ ਤੇ x -2 y 5 ਠੀਕ ਹੈ ਬੇਟੇ ਚਲਿਏ ਨੈਕਸਟ ਕੁਐਸਚਨ ਤੇ ਹਾਂਜੀ ਇਹਦੀ ਹੋਮ ਅਸਾਈਨਮੈਂਟ ਵੀ ਨਾਲ ਹੀ ਕਰ ਲੈਣੇ ਆ ਉਹਦੇ ਵਿੱਚ ਵੀ ਇਹਨੇ ਆਪਾਂ ਨੂੰ ਇੱਕ ਕੁਐਸਚਨ ਹੀ ਦਿੱਤਾ ਹੈ ਜਿਹਨੂੰ ਸੋਲਵ ਕਰਨਾ ਹੈ ਹਾਂਜੀ ਕੀ ਕੁਐਸਚਨ ਹੈ थ्री एक्स प्लस फोर आपको मल्टीप्लाई करके ही लिखने फिर स्क्रीन छोटी नहीं रहेगी फस्ट न कि मल्टीप्लाई करना फस्ट नो मल्टीप्लाई करना आपू सैकेंड में कि मल्टीप्लाई करना थ्री ना जी तो करके लिखो कि गया अपने को सिक्स एक्स प्लस एट वाई इक्वल टू ट्वेंटी दूसरे च सिक्स एक्स -6y 6 ਹਾਂਜੀ ਹੁਣ ਇਹਦੇ ਸਾਈਨ ਚੇਂਜ ਕਰੋ ਕਿਉਂਕਿ ਇਹ ਤਾਂ ਕੱਟ ਨਹੀਂ ਸੀ ਰਹਾ ਜਿਹੜਾ ਸਾਈਨ ਦਿਖ ਰਿਹਾ ਹੋਵੇ ਉਹਦੇ ਤੇ ਰਾਊਂਡ ਬਣਾ ਦਿਆ ਕਰੋ ਇਹ ਕੈਨਸਲ ਹੋ ਗਿਆ 8 ਤੇ 6 ਕਿੰਨੇ ਹੋਗੇ ਜੀ 14 14 20 6 ਕਟਾਵਾਂਗੇ ਉਹ ਵੀ 14 ਪਲੱਸ ਦਾ y ਆ ਗਿਆ ਆਪਣੇ ਕੋਲੇ 14 ਓਵਰ 14 14 14 ਤੇ ਕੱਟ ਕੇ ਆਪਣੇ ਕੋਲੇ y ਦਾ ਆਨਸਰ ਕਿੰਨਾ ਆ ਜੂਗਾ 1 ਤੇ ਇਹ y 1 ਨੂੰ ਆਪਾਂ ਸਮੀਕਰਨ ਇੱਕ ਵਿੱਚ ਭਰ ਦੇਣਾ ਹੈ ਹਾਂਜੀ 3x ਸੀ 4y ਸੀ y ਦੀ ਥਾਂ ਤੇ ਮੈਂ ਉਹਦਾ ਆਨਸਰ ਭਰਤਾ 4 1 4 ਰਹੇਗਾ 10 ਚੋਂ 4 ਮਾਈਨਸ ਹੋਣਗੇ 6 ਰਹਿ ਗਿਆ ਬੇਟਾ ਕੱਟ ਕੇ ਇਹਦਾ ਆਨਸਰ ਕਿੰਨਾ ਆ ਜਾਏਗਾ ਓਵਰ 3 ਹੈ ਕੱਟ ਕੇ ਇਹਦਾ ਆਨਸਰ ਆ ਜਾਏਗਾ 2 ਤਾਂ ਆਪਣੇ ਕੋਲੇ ਫਾਈਨਲੀ ਆਨਸਰ ਕੀ ਆ ਗਿਆ x 2 ਤੇ y 1 ਦੇਖੋ ਤੁਹਾਨੂੰ ਇਹ ਮੈਥਡ ਐਲੀਮੀਨੇਸ਼ਨ ਮੈਥਡ ਵਿਲੋਪਨ ਵਿਧੀ اچھی طرح ਸਮਝ ਆ ਚੁੱਕੀ ਹੈ ਨਾ ਤਾਂ ਇਸ ਵਿਧੀ ਦੇ ਨਾਲ ਬੇਟਾ ਆਪਾਂ ਕੋਈ ਵੀ ਸਮੀਕਰਨਾਂ ਦਾ ਜਿਹੜਾ ਜੋੜਾ ਹੈ ਰੇਖੀ ਸਮੀਕਰਨਾਂ ਦਾ ਠੀਕ ਹੈ ਉਹਨਾਂ ਨੂੰ ਸੋਲਵ ਕਰ ਸਕਦੇ ਹਾਂ ਹਾਂਜੀ ਨੈਕਸਟ ਜਿਹੜਾ ਡੇ ਦਾ ਕੰਮ ਹੈ ਬੇਟੇ 44 ਦਾ ਉਹਦੇ ਵਿੱਚ ਸਟੇਟਮੈਂਟਲ ਕੁਐਸਚਨ ਹੈ ਉਦੇ ਵਿੱਚ ਕੀ ਕਹਿ ਰਹੇ ਹਨ ਕਿ ਆਫਟਰ 5 ইয়ারਸ 5 ਸਾਲ ਬਾਅਦ ਜਿਹੜੀ ਰਾਜੀਵ ਦੀ ਉਮਰ ਹੈ 3 ਟਾਈਮਸ ਹੋ ਜਾਏਗੀ 3 ਗੁਣਾ ਹੋ ਜਾਏਗੀ ਆਪਣੇ ਬੇਟੇ ਨਾਲੋਂ 5 ইয়ারਸ ਐਗੋ 5 ਸਾਲ ਪਹਿਲਾਂ ਰਾਜੀਵ ਦੀ ਜਿਹੜੀ ਏ ਸੀ ਉਹ 7 ਟਾਈਮਸ ਸੀ ਆਪਣੇ ਬੱਚੇ ਨਾਲੋਂ ਵਾਟ ਆਰ देयर ਪ੍ਰੈਜ਼ੈਂਟ ਏਜਸ ਤੋਂ ਪੰਜਾਬੀ ਵਾਲਿਆਂ ਨੂੰ ਵੀ ਸਟੇਟਮੈਂਟ ਚੰਗੀ ਤਰ੍ਹਾਂ ਸਮਝ ਆ ਗਈ ਹੋਊਗੀ ਤਾਂ ਇਹਦਾ ਮਤਲਬ ਹੈ ਆਪਾਂ ਨੂੰ ਰਾਜੀਵ ਅਤੇ ਉਸਦੇ ਬੇਟੇ ਦੋਨਾਂ ਦੀ ਉਮਰ ਪਹਿਲਾਂ ਮੰਨਣੀ ਪਊਗੀ ਤੋ ਲੈਟ ਰਾਜੀਵਜ਼ ਪ੍ਰੈਜ਼ੈਂਟੇ ਬੇਟਾ ਕਾਪੀ ਪੈਨ ਨਾਲ ਲੈ ਕੇ ਰੱਖਿਓ ਠੀਕ ਹੈ ਤਾਂ ਕਿ ਜਿਹੜੇ ਪੰਜਾਬੀ మీడియం ਵਾਲੇ ਬੱਚੇ ਹਨ ਮੈਂ ਇੱਕ మీడియం ਚ ਲਿਖ ਸਕਦੀ ਹਾਂ ਨਾ ਸਕਰੀਨ ਤੇ ਨਾਲ ਦੀ ਨਾਲ ਮੈਂ ਪੰਜਾਬੀ ਬੋਲੂਗੀ ਤੇ ਤੁਸੀਂ ਉਹਨੂੰ ਲਿਖ ਲਿਓ ਤਾਂ ਮੰਨੋ ਰਾਜੀਵ ਦੀ ਵਰਤਮਾਨ ਉਮਰ ਕਿੰਨੀ ਹੈ ਐਕਸ ਹੀ ਇਜ਼ ਸਨਜ਼ ਪ੍ਰੈਜ਼ੈਂਟ ਏਜ ਆਪਾਂ ਕਿੰਨੀ ਮੰਨ ਲਈ ਵਾਈ ਅੰਜ ਅਬਿਜ ਤੁਸੀਂ ਲਿਖੋਗੇ ਮੰਨੋ ਉਸਦੇ ਬੇਟੇ ਦੀ ਵਰਤਮਾਨ ਉਮਰ ਜਿਹੜੀ ਹੈ ਉਹ Y ਹੈ ਹੁਣ 5 ਸਾਲ ਬਾਅਦ ਤੇ 5 ਸਾਲ ਪਹਿਲਾਂ ਦੀ ਗੱਲ ਕਰ ਰਹੇ ਹਾਂ ਤਾਂ ਆਪਾਂ ਇੱਥੇ ਲਿਖਾਂਗੇ ਅਕੋਰਡਿੰਗ ਟੂ ਕੁਐਸਚਨ ਪ੍ਰਸ਼ਨ ਦੇ ਅਨੁਸਾਰ ਹੁਣ 5-5 ਸਾਲ ਬਾਅਦ ਸੋਚੋ ਉਹ ਕੀ ਹੋਣਗੇ 5-5 ਸਾਲ ਵੱਡੇ ਹੋ ਜਾਣਗੇ ਨਾ ਤਾਂ ਇਹਨਾਂ ਨੂੰ ਪਹਿਲਾਂ ਇੱਕ ਵਾਰ ਬਰਾਬਰ ਰੱਖ ਲਿਆ ਕਰੋ ਹੁਣ ਸੋਚੋ ਤੱਕੜੀ ਦਾ ਕਿਹੜਾ ਪਲੜਾ ਜ਼ਿਆਦਾ ਭਾਰੀ ਹੈ ਤਾਂ ਅਜੀਬ ਵਾਲਾ ਜ਼ਿਆਦਾ ਭਾਰੀ ਹੋਊਗਾ ਕਿਦੀ ਉਮਰ ਜ਼ਿਆਦਾ ਹੈ ਉਨੇ ਕਿ ਹੈ 5 ਇਅਰ ਆਫਟਰ 5 ਇਅਰਸ ਏਜ ਆਫ ਰਾਜੀਵ ਵਿਲ ਬੀ 3 ਟਾਈਮਸ ਜਿਹੜੀ ਇੱਧਰਲੀ ਏਜ ਹੈ 3 ਗੁਣਾ ਹੋ ਜੂਗੀ ਜੇ ਆਪਾਂ ਤਕੜੀ ਨੂੰ ਬਰਾਬਰ ਰੱਖਣਾ ਚਾਹੁੰਦੇ ਆ ਤਾਂ 3 ਆਪਾਂ ਨੂੰ ਬੇਟੇ ਕੰਨੀ ਗੁਣਾ ਕਰਨਾ ਪਊਗਾ ਠੀਕ ਹੈ ਬੇਟੇ ਸਮਝ ਆ ਗਈ ਹੈ ਗੱਲ ਹੁਣ ਇਹਨੂੰ ਬ੍ਰੈਕਟ ਨੂੰ ਖੋਲੋ ਤੇ ਆਪਣੇ ਸਮੀਕਰਨ ਬਣਾਓ 3y ਮੈਂ ਇੱਧਰ ਲਿਆਈ 5 ਮੈਂ ਉੱਧਰ ਲੈ ਗਈ ਤੇ ਆਪਣੇ ਕੋਲੇ ਸਮੀਕਰਨ ਬਣ ਗਈ x 3y 10 ਠੀਕ ਹੈ ਬੇਟੇ ਇੱਥੇ ਤੱਕ ਸਮਝ ਆ ਗਿਆ ਤੁਹਾਨੂੰ ਕੁਸ਼ਚਨ ਕੀ ਸਮੀਕਰਨ ਬਣ ਗਈ ਆਪਣੇ ਕੋਲੇ x 3y 10 ਇਹ 5 ਸਾਲ ਬਾਅਦ ਵਾਲੀ ਉਮਰਾਂ ਦੀ ਕੰਡੀਸ਼ਨ ਲਗਾਉਂਦੇ ਹੋਇਆ ਹੁਣ 5 ਸਾਲ ਪਹਿਲਾਂ ਤਾਂ 5 ਸਾਲ ਪਹਿਲਾਂ ਤਾਂ ਉਹ 5-5 ਸਾਲ ਛੋਟੇ ਹੀ ਹੋਣਗੇ ਨਾ ਇੱਕ ਦੂਸਰੇ ਦੇ ਬਰਾਬਰ ਰੱਖ ਲਓ ਹੁਣ ਸੋਚੋ ਚਾਹੇ ਉਹ 5-5 ਸਾਲ ਛੋਟੇ ਸੀ ਪਰ ਫੇਰ ਵੀ ਡੈਡੀ ਹੀ ਵੱਡਾ ਸੀ ਨਾ ਡੈਡੀ ਦੀ ਗੱਲ ਹੀ ਉਹ ਦੱਸ ਰਹੇ ਨੇ ਕਿ ਉਹਦੀ 7 ਗੁਣਾ ਸੀ ਮੁੰਡੇ ਨਾਲੋਂ 5 ਸਾਲ ਪਹਿਲਾਂ ਰਾਜੀਵ ਦੀ ਉਮਰ ਉਸਦੇ ਲੜਕੇ ਦੀ ਉਮਰ ਤੋਂ 7 ਗੁਣਾ ਸੀ ਮਤਲਬ ਜੋ ਇੱਧਰਲਾ ਰਾਜੀਵ ਹੈ ਉਹ ਇਹਦੇ ਨਾਲੋਂ 7 ਗੁਣਾ ਸੀ ਤਾਂ 7 ਨਾਲ ਇਹਨੂੰ ਹੀ ਗੁਣਾ ਕਰਨਾ ਪਊਗਾ ਤਾਂਹੀਂ ਤਕੜੀ ਬਰਾਬਰ ਰਹੂਗੀ ਹਾਂ ਜੀ ਇਹਨੂੰ ਗੁਣਾ ਕਰਕੇ ਬ੍ਰੈਕਟ ਖੋਲ ਲਓ y ਇੱਧਰ ਲਿਆਓ ਪੰਜ ਉਹਦਰ ਲੈ ਜਾਓ ਤਾਂ ਇਹ -30 ਬਣ ਗਿਆ ਤਾਂ ਆਪਣੇ ਕੋਲੇ ਦੂਸਰੀ ਸਮੀਕਰਨ ਕੀ ਬਣਗੀ x 7y -30 ਠੀਕ ਹੈ ਹੁਣ ਇਹ ਦੋਨੋਂ ਸਮੀਕਰਨਾਂ ਆਪਣੀਆਂ ਬਣ ਚੁੱਕੀਆਂ ਨੇ ਇੱਥੇ ਵੀ ਐਵੇਂ ਲਿਖ ਲਿਓ ਪ੍ਰਸ਼ਨ ਦੀ ਦੂਜੀ ਸ਼ਰਤ ਅਨੁਸਾਰ ਅਕੋਰਡਿੰਗ ਟੂ 10 ਸੈਕਿੰਡ ਸਿਚੁਏਸ਼ਨ ਤਾਂ ਦੋਨੋਂ ਇਕੁਏਸ਼ਨਸ ਆਪਣੇ ਕੋਲ ਆ ਚੁੱਕੀਆਂ ਹਨ ਕਰੀਏ ਜੀ ਸੋਲਵ ਪਹਿਲੀ ਕਿਹੜੀ ਆਈ ਸੀ ਤੁਹਾਨੂੰ ਯਾਦ ਹੋਵੇ x 3y 10 ਦੂਜੀ ਆਈ ਸੀ x 7y -30 ਤਾਂ ਐਲੀਮੀਨੇਸ਼ਨ ਲਗਾਉਣ ਦੇ ਲਈ ਆਪਣੇ ਕੋਲੇ x ਪਹਿਲਾਂ ਹੀ ਬਰਾਬਰ ਦਿੱਤਾ ਹੋਇਆ ਹੈ ਫੇਰ ਨਹੀਂ ਗੁਣਾ ਗਣਾ ਕਰਨ ਦੀ ਲੋੜ ਠੀਕ ਹੈ ਤਾਂ x x ਕੈਨਸਲ ਹੋ ਗਏ ਪਲੱਸ ਦਾ 7 ਹੈ ਮਾਈਨਸ ਦਾ 3 ਹੈ ਤਾਂ ਪਲੱਸ ਦਾ 4 ਹੋ ਗਿਆ 30 ਆਪਾਂ 10 ਜੋੜਨੇ ਨੇ 40 ਹੋ ਗਏ ਤਾਂ y ਹੋ ਗਿਆ 40 4 ਕੱਟ ਕੇ ਆ ਜਾਊਗਾ 10 ਤਾਂ y ਆਪਾਂ ਕਿਹਨੂੰ ਮੰਨਿਆ ਸੀ ਬੱਚੇ ਨੂੰ ਉਹਦੇ بیٹے ਨੂੰ ਤਾਂ ਬੇਟਾ ਆ ਗਿਆ ਆਪਣੇ ਕੋਲੇ 10 ਸਾਲ ਦਾ ਤਾਂ ਬੇਟੇ ਦੀ ਉਮਰ ਆ ਗਈ 10 ਸਾਲ ਠੀਕ ਹੈ ਤਾਂ ਹੁਣ ਇਹ 10 ਆਪਾਂ ਕਿਹਦੇ ਵਿੱਚ ਭਰਨਾ ਹੈ ਇੱਕ 'ਚ ਭਰ ਦੋ ਹਾਂਜੀ ਪਹਿਲੇ ਚ ਪੜਾਂਗੇ ਆਪਾਂ x 3 y ਦੀ ਥਾਂ ਤੇ 10 30 10 ਤਾਂ 10 30 ਹੋ ਜਾਊਗਾ x ਕੀ ਮੰਨਿਆ ਸੀ ਆਪਾਂ ਨੇ ਰਾਜੀਵ ਸੋ ਰਾਜੀਵ ਦੀ ਉਮਰ ਕਿੰਨੀ ਆ ਗਈ ਇਹ ਆ ਗਿਆ ਬੱਚੇ ਆਪਣੇ ਕੋਲੇ 40 ਸਾਲ ਦਾ ਤੇ ਹੁਣ ਤੁਸੀਂ ਆਨਸਰ ਕੱਢ ਲਿਆ ਜੇ ਤੁਹਾਨੂੰ ਲੱਗੇ ਵੀ ਹਾਂ ਸਾਡਾ ਆਨਸਰ ਸਹੀ ਹੈ ਗਿਆ ਨਹੀਂ ਹੈ ਇਹਨੂੰ ਅਕੋਰਡਿੰਗ ਟੂ ਸਿਚੁਏਸ਼ਨ ਚੈੱਕ ਕਰ ਲਿਆ ਕਰੋ ਕਿਦਾਂ ਦੇਖੋ ਜਿਹੜਾ ਆਪਾਂ ਰਾਜੀਵ ਦੀ ਉਮਰ ਫਾਈਂਡ ਕੀਤੀ ਸੀ 40 ਸਾਲ ਸੀ ਤੇ ਉਹਦੇ ਬੇਟੇ ਦੀ 10 ਸਾਲ ਸੀ 5-5 ਸਾਲ ਜੋੜ ਲਓ ਇਹ 45 ਸਾਲ ਦਾ ਹੋ ਜੂ ਇਹ 15 ਸਾਲ ਦਾ ਹੋ ਜੂ ਜੇ ਇਹਨਾਂ ਚ ਅਨੁਪਾਤ ਕੱਢਦੇ ਹਾਂ ਤਾਂ 3:1 ਅਨੁਪਾਤ ਇੱਕ ਦਾ ਹੀ ਹੁੰਦਾ ਇਹ 3 ਗੁਣਾ ਹੀ ਹੋ ਜਾਂਦਾ ਤੇ ਜੇ 5-5 ਸਾਲ ਪਹਿਲਾਂ ਦੀ ਗੱਲ ਕਰਦੇ ਹਾਂ ਇਹ 35 ਦਾ ਸੀ ਉਹ 5 ਦਾ ਸੀ ਜੇ ਕਟਾਉਂਗੇ ਤਾ 7 ਦਾ ਨੁਪਾਤ 1 ਰਹਿ ਗਿਆ ਇਹਦਾ ਮਤਲਬ ਉਹ 7 ਗੁਣਾ ਹੀ ਹੋਇਆ ਤਾਂ ਜੋ ਤੁਸੀਂ ਆਨਸਰ ਕੱਢਿਆ ਸੀ ਬੇਟਾ ਜੀ ਉਹ ਬਿਲਕੁਲ ਸਹੀ ਹੈ ਹੁਣ ਆਪਾਂ ਇਸੇ ਤਰ੍ਹਾਂ ਦੇ ਇੱਕ ਹੋਰ ਇੰਪੋਰਟੈਂਟ ਕੁਐਸਚਨ ਨੂੰ ਸੋਲਵ ਕਰਦੇ ਹਾਂ ਹਾਂਜੀ ਇਹਦੇ ਵਿੱਚ ਹੈ ਮੀਨਾ ਵੈਂਟ ਟੂ ਅ ਬੈਂਕ ਟੂ ਵਿਦਡਰਾ ਰੁਪੀਸ 2000 ਤਾਂ ਮੀਨਾ ਬੈਂਕ ਚ ਗਈ ਉਹਨੇ 2000 ਰੁਪਏ ਕਢਾਣੇ ਸੀ ਠੀਕ ਹੈ she asked ask the cashier to give her rupees 50 and rupees 100 notes only ਉਹਨੇ ਕੰਡੀਸ਼ਨ ਲਗਾਤੀ ਜਾ ਕੇ ਬੈਂਕ ਦੇ ਵਿੱਚ ਵੀ ਮੈਨੂੰ 50 ਤੇ 100 ਵਾਲੇ ਹੀ ਨੋਟ ਦੇਣੇ ਨੇ ਹੋਰ ਕੋਈ ਨਹੀਂ meena got 25 notes in all ਤੇ ਉਹਨੂੰ ਜਿਹੜੇ ਵੀ ਮੈਂ 2000 ਤੇ ਬੈਂਕ ਕੈਸ਼ੀਅਰ ਨੇ ਦਿੱਤੇ ਗਿਣ ਕੇ ਉਹਦੇ ਵਿੱਚ 25 ਨੋਟ ਮਿਲੇ ਉਹਨੂੰ ਕੁੱਲ find how many note of rupees 50 and rupees 100 she received ਕਹਿੰਦੇ ਦੱਸੋ ਫਿਰ 25 ਨੋਟਾਂ ਦੇ ਵਿੱਚੋਂ 50 ਰੁਪਏ ਵਾਲੇ ਕਿੰਨੇ ਸੀ ਉਹਦੇ ਕੋਲ 100 ਰੁਪਏ ਵਾਲੇ ਕਿੰਨੇ ਸੀ ਮੈਸੇ ਤਾਂ ਆਪਾਂ ਜੇ ਦੇਸੀ ਜਿਹੇ ਤਰੀਕੇ ਨਾਲ ਅੰਦਾਜ਼ਾ ਲਗਾਉਣਾ ਹੋਈ ਤਾਂ ਹੁਣੀ ਇਹਦਾ ਆਨਸਰ ਅੰਦਾਜ਼ਾ ਲਗਾ ਸਕਦੇ ਆ ਪਰ ਆਪਾਂ ਇਹਨੂੰ ਮੈਥਮੈਟਿਕਲੀ ਸੋਲਵ ਕਰਨਾ ਹੈ ਤਾਂ ਪਹਿਨਾ ਲੈਟ ਕਰਾਂਗੇ ਕਿ ਉਹਦੇ ਕੋਲੇ ਜਿਹੜੇ 25 ਰੁਪਏ ਵਾਲੇ ਨੋਟ ਨੇ ਨੰਬਰ ਆਫ ਰੁਪੀਸ 25 ਓ ਸੌਰੀ 15 ਅਸ ਸੀ 25 ਤਾਂ ਹੈ ਨਹੀਂ ਸੀ ਨੰਬਰ ਆਫ ਰੁਪੀ 50 ਨੋਟਸ ਕਿੰਨੇ ਨੇ ਉਹਦੇ ਕੋਲ x ਠੀਕ ਹੈ ਤੇ ਨੰਬਰ ਆਫ ਰੁਪੀ 100 ਨੋਟਸ ਕਿੰਨੇ ਨੇ ਉਹਦੇ ਕੋਲੇ y ਤਾਂ ਪਹਿਲੀ ਕੰਡੀਸ਼ਨ ਤਾਂ ਇਹੀ ਹੈ ਕਿ ਜਿਹੜੇ ਦੋਨੇ ਨੋਟ ਬਣੇ ਨੇ ਉਹਨਾਂ ਦੀ ਗਿਣਤੀ 25 ਬਣਦੀ ਆ ਵਿੱਚ ਪੰਜਾਹੇ ਉਹਨੂੰ ਜਿੰਨੇ ਮਰਜ਼ੀ 50 ਵਾਲੇ ਮਿਲੇ ਹੋਣ ਜਿੰਨੇ ਮਰਜ਼ੀ ਉਹਨੂੰ 100 ਵਾਲੇ ਮਿਲੇ ਹੋਣ ਜੋੜ ਕੇ ਉਹਦੇ ਕੋਲ ਟੋਟਲ 25 ਨੋਟ ਹੀ ਬਣਦੇ ਨੇ ਤੇ ਹੁਣ ਉਹਦਾ ਅਮਾਉਂਟ ਇੱਥੇ ਧਿਆਨ ਦਿਓ ਸੈਕਿੰਡ ਇਕੁਏਸ਼ਨ ਤੇ ਹੁਣ ਉਹਨੇ 50 50 ਰੁਪਏ ਵਾਲੇ ਐਕਸ ਨੇ ਤਾਂ 50 ਨਾਲ ਗੁਣਾ ਕਰਕੇ ਪਤਾ ਲੱਗੂਗਾ ਕਿੰਨੀ ਅਮਾਉਂਟ ਹੋਈ ਪਲੱਸ 100 100 ਵਾਲੇ ਉਹਦੇ ਕੋਲੇ ਵਾਈ ਨੇ ਗੁਣਾ ਕਰਕੇ ਪਤਾ ਲੱਗੂ ਕਿੰਨੀ ਅਮਾਉਂਟ ਹੋਈ ਤਾਂ ਕਿੰਨੀ ਅਮਾਉਂਟ ਬਣਦੀ ਹੈ ਟੋਟਲ 2000 ਇਹਨੂੰ ਦੁਬਾਰਾ ਧਿਆਨ ਨਾਲ ਸਮਝੋ ਮਨ ਲਓ ਤੁਹਾਡੇ ਕੋਲੇ 50 50 ਰੁਪਏ ਦੇ ਪੰਜ ਨੋਟ ਨੇ ਤਾਂ ਹੀ ਪਤਾ ਲੱਗੂਗਾ ਨਾ ਵੀ ਤੁਹਾਡੇ ਕੋਲੇ 2500 ਰੁਪਏ ਆ ਤਾਂ ਐਦਾਂ ਹੀ ਜੇ ਉਹਦੇ ਕੋਲੇ 50 50 ਰੁਪਏ ਵਾਲੇ ਐਕਸ ਨੋਟ ਨੇ ਤਾਂ ਉਹਨਾਂ ਨੂੰ ਗੁਣਾ ਕਰਕੇ ਪਤਾ ਲੱਗੂ ਕਿ ਵੀ ਟੋਟਲ ਕਿੰਨੇ ਪੈਸੇ ਬਣਗੇ ਸੌ ਸੌ ਵਾਲਿਆਂ ਨੂੰ ਗੁਣਾ ਕਰਕੇ ਪਤਾ ਲੱਗੂ ਉਹਨਾਂ ਦੀ ਗਿਣਤੀ ਨਾਲ ਵੀ ਕਿੰਨੇ 100 ਰੁਪਏ ਬਣ ਗਿਆ ਜੇ ਟੋਟਲ ਦੋਨਾਂ ਅਮਾਉਂਟਾਂ ਨੂੰ ਜੋੜਾਂਗੇ ਤਾਂ ਹੀ 2000 ਰੁਪਏ ਬਣੂਗਾ ਹੁਣ ਇਹ ਤਾਂ ਬਹੁਤ ਵੱਡੀ ਇਕੁਏਸ਼ਨ ਬਣ ਗਈ ਸੋਲਵ ਕਿਵੇਂ ਕਰਾਂਗੇ ਤੁਹਾਨੂੰ ਦੱਸਿਆ ਹੋਇਆ ਬੇਟਾ ਜੇ ਕੁਝ ਕਾਮਨ ਨਿਕਲਦਾ ਹੈ ਤਾਂ ਕੱਢ ਲਿਆ ਕਰੋ ਇਹਨਾਂ ਤਿੰਨਾਂ ਦੇ ਵਿੱਚੋਂ 50 ਕਾਮਨ ਨਿਕਲਦਾ ਹੈ ਤਾਂ 50 ਨੂੰ 100 ਹੁੰਦਾ 50 ਚੌਕਾ 200 ਹੁੰਦਾ ਤਾਂ ਇੱਥੇ 20 ਆ ਜਾਊਗਾ ਕਲੀਅਰ ਹੋ ਗਿਆ ਬੱਚੇ 5 ਚੌਕਾ ਇੱਥੇ 4 ਆਊਗਾ ਠੀਕ ਹੈ ਤਾਂ ਆਪਣੇ ਕੋਲ ਦੋ ਇਕੁਏਸ਼ਨਸ ਬਣ ਚੁੱਕੀਆਂ ਨੇ ਹੁਣ ਇਹਨਾਂ ਨੂੰ ਆਪਾਂ ਸੋਲਵ ਕਰਨਾ ਹੈ ਤਾਂ फटाफट ਪਹਿਲਾਂ ਕਾਪੀ ਪੈਨ ਚੱਕੋ ਤੇ ਸੋਲਵ ਕਰਨ ਦੀ ਕੋਸ਼ਿਸ਼ ਕਰੋ ਮੇਰੇ ਤੋਂ ਪਹਿਲਾਂ ਸੋਲਵ ਕਰਨ ਦੀ ਕੋਸ਼ਿਸ਼ ਕਰੋ ਦੇਖਦੀ ਆ ਮੈਂ ਵੀ ਤੁਸੀਂ ਮੇਰੇ ਤੋਂ ਪਹਿਲਾਂ ਆਨਸਰ ਕੱਢ ਲੈਨੇ ਹੋ ਸ਼ਾਬਾਸ਼ ਵੀਡੀਓ ਨੂੰ ਪਾਜ਼ ਕਰ ਦਿਓ ਤੇ ਇਹਨੂੰ ਸੋਲਵ ਕਰਨ ਦੀ ਕੋਸ਼ਿਸ਼ ਕਰੋ ਹਾਂਜੀ ਤਾਂ ਕੀ ਇਕੁਏਸ਼ਨਸ ਬਣਾਈਆਂ ਤੁਸੀਂ x plus y equal to 25 x plus 2y equal to 40 ਹੱਲ ਕਰ ਲਿਆ ਹੋਣਾ ਚਾਹੀਦਾ ਹੁਣ ਤੁਸੀਂ ਦੇਖੋ x ਨਾਲ x ਕੱਟ ਗਿਆ -y minus -15 ਕੈਨਸਲ ਹੋ ਗਿਆ y ਦਾ ਆਨਸਰ ਆ ਗਿਆ 15 ਤਵਾਈ ਆਪਾਂ 100-100 ਦੇ ਨੋਟ ਮੰਨੇ ਸੀ 15 ਆ ਗਏ ਤਾਂ 1500 ਰੁਪਏ ਤਾਂ ਇੱਥੇ ਹੀ ਬਣ ਗਿਆ ਹਨਾ ਤੇ ਇਹਨੂੰ ਆਪਾਂ ਪਹਿਲੀ ਚ ਭਰ ਦਿੰਨੇ ਆ ਪਹਿਲੀ ਇਕੁਏਸ਼ਨ ਦੇ ਵਿੱਚ ਮੈਂ ਵੈਲਿਊ ਭਰਤੀ ਤਾਂ a ਅਜੂਗਾ بیٹھے ਆਪਣੇ ਕੋਲੇ 10 ਤਾਂ ਇਹਦਾ ਮਤਲਬ ਜਿਹੜੇ ਤਾਂ 50-50 ਰੁਪਏ ਵਾਲੇ ਸੀਗੇ ਉਹ ਤਾਂ ਤੁਹਾਡੇ ਕੋਲੇ 10 ਨੋਟ ਬਣੇ ਨੇ ਜਿਹੜੇ 100-100 ਰੁਪਏ ਵਾਲੇ ਸੀ ਉਹ 15 ਨੋਟ ਬਣੇ ਨੇ ਹੁਣ ਥੋੜੀ ਜਿਹੀ ਅਮਾਉਂਟ ਜੋੜ ਕੇ ਦੇਖੋ ਜੇ 50 50 ਵਾਲੇ 10 ਬਣੇ ਨੇ ਤਾਂ 500 ਰੁਪਏ ਬਣ ਗਿਆ ਜੇ 100 100 ਵਾਲੇ 15 ਬਣੇ ਨੇ ਤਾਂ 1500 ਰੁਪਏ ਬਣ ਗਿਆ ਤਾਂ ਕੀ ਟੋਟਲ 2000 ਬਣ ਗਿਆ ਤੁਸੀਂ ਕਹੋਗੇ ਯੈਸ ਕੀ ਦੋਨੇ ਤਰ੍ਹਾਂ ਦੇ ਨੋਟਾਂ ਦਾ ਜੋੜ 25 ਬਣ ਗਿਆ ਤੁਸੀਂ ਕਹੋਗੇ ਯੈਸ ਇਟ ਮੀਨਸ ਆਪਣਾ ਜਿਹੜਾ ਆਨਸਰ ਕੱਢਿਆ ਸੀ ਉਹ ਬਿਲਕੁਲ ਸਹੀ ਹੈ ਤਾਂ ਆਈ ਹੋਪ ਕਿ ਤੁਹਾਨੂੰ ਲੈਟਸ ਲਰਨ ਵਿਦ ਇਜ਼ੀ ਟ੍ਰਿਕਸ ਨਾਲ ਪੜ੍ਹਨਾ ਬਹੁਤ ਵਧੀਆ ਲੱਗ ਰਿਹਾ ਹੋਊਗਾ ਜੇ ਤੁਹਾਨੂੰ ਕੋਈ ਵੀ ਹੋਰ ਸਮੱਸਿਆ ਆਉਂਦੀ ਹੈ ਕੋਈ ਹੋਰ ਚੀਜ਼ ਤੁਸੀਂ ਸਮਝਣੀ ਹੈ ਤਾਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਦੱਸ ਦਿਆ ਕਰੋ ਬਹੁਤ ਸਾਰੇ ਬੱਚੇ ਮੈਨੂੰ ਮੈਸੇਜ ਕਰਦੇ ਹੁੰਦੇ ਆ ਕਿ ਮੈਡਮ ਤੁਸੀਂ ਇਸ ਦੀ ਸ਼ੀਟ ਦੀ ਵੀਡੀਓ ਬਣਾਓ ਜਾਂ ਤੁਸੀਂ ਇਸ ਐਕਸਰਸਾਈਜ਼ ਦੀ ਵੀਡੀਓ ਬਣਾਓ ਤਾਂ ਮੈਨੂੰ ਬਹੁਤ ਵਧੀਆ ਲੱਗਦਾ ਬੇਟਾ ਜੇ ਤੁਹਾਨੂੰ ਵੀਡੀਓ ਪਸੰਦ ਆਉਂਦੀ ਹੈ ਤਾਂ ਇਹਨੂੰ ਲਾਈਕ ਕਰ ਦਿਆ ਕਰੋ ਤੇ ਆਪਣੇ ਅੱਗੇ ਸਾਰੇ ਫਰੈਂਡਸ ਤੇ ਰਿਲੇਟਿਵਸ ਨੂੰ ਸ਼ੇਅਰ ਵੀ ਕਰ ਦਿਆ ਕਰੋ ਬੇਟਾ ਸਬਸਕ੍ਰਾਈਬ ਕਰੋ ਤੇ ਸ਼ੇਅਰ ਕਰੋ ਥੈਂਕ ਯੂ ਬੇਟਾ ਜੀ ਬਾਏ ਬਾਏ